सीधे सुनो बाबा या सीधे सुन लेना, एक पंचायत करो उर्दू का सीधा
ਸਰਦਾਰੀਆਂ ਪਰ ਅੱਜ ਵੀ ਇੱਜ਼ਤਾਂ ਭਾਰੀਆਂ ਜਿਹੜੇ ਪੀਰ ਦੇ ਪੁੱਤਰਾਂ ਦੀਆਂ। ਮੈਂ ਆਖਿਆ ਤੇਰੇ ਕੀਤੇ ਹੋ ਸੀ ਘੋੜਾ ਸਾਡੇ ਕੀਤੇ ਸੁਲਝਣਾ। ਉਹਨਾਂ ਦਾ ਇੱਕ ਆਦਮੀ ਤੂੰ ਸਾਡੀ ਰੀਸ ਕਰ ਸਕਦੇ, ਤੂੰ ਨਾਕਾਮ ਆਦਮੀ ਹੈ। ਬਹੁਤ ਕਰੀਮ ਨੇ ਤੂੰ ਸਾਡਾ ਇਸ਼ਕ ਲੈ ਕਸਮ ਦੇ ਜਾਨਵਰ ਨਾਲ ਕਿੰਨਾ ਪਿਆਰ ਚ ਕੀਤਾ ਹੈ। 1400 ਸਾਲ ਤੂੰ ਇਹ ਘੋੜਾ ਇਸ ਗਲੀ ਨਾ ਸੀ, ਹੁਸੈਨ ਦੀ ਸਵਾਰੀ ਇਸ ਚੌਕ ਚ ਨਾ ਸੀ, ਹੁਸੈਨ ਦੀ ਸਵਾਰੀ ਇਸ ਸੜਕ ਤੇ ਨਾ ਸੀ। ਤੂੰ 1400 ਸਾਲ ਤੂੰ ਰੋਕ ਨਹੀਂ ਸਕਿਆ ਔਰ ਰੋਕ ਸਕਦਾ ਹੀ ਨਹੀਂ। ਪੁੱਛੋ ਕਿਉਂ ਨਹੀਂ ਰੁਕ ਸਕਦਾ, ਤੁਸੀਂ ਪੁੱਛੋ ਕਿਉਂ ਨਹੀਂ ਰੁਕ ਸਕਦਾ, ਅਸਾਂ ਜ਼ਿੰਦਾਬਾਦ ਹੈ ਉਹਦੀ ਵਜ੍ਹਾ ਕਿ
ਮੈਂ ਸਿਰਫ 3-4 ਮਿੰਟ ਤੋਂ ਲੰਮੇ ਬੰਦ ਕਰਾਂ, ਉਸ ਤੋਂ ਬਾਅਦ ਮੈਂ ਬਾਈ ਮੀਆਂ ਨੂੰ ਮੈਂਬਰ ਕਰੇ ਨਾ। ਇਹ ਦੇਖੋ ਬਾਬਾ ਜੀ ਇਸ ਕਾਫੀ ਦਿਨ ਆਪ ਸਾਂਝੇ ਮੇਰੇ ਹੱਥ ਚ ਨਹੀਂ ਹੈ, ਬਾਬਾ ਜੀ ਸੇ ਨਹੀਂ ਹੈ, ਅਗਰ ਤੁਹਾਡੇ ਚੋਂ ਕੋਈ ਲੜੀ ਤੀ ਕੁਰਾਨ ਦੀ ਕਸਮ ਹੈ ਉਹ ਫਰਿਸ਼ਤੇਦਾਰ ਦੇ ਸਨ। ਮੈਂ ਇਹ ਵੀ ਬੜੀ ਸਦਰ ਅਲੀ ਦੇ ਪੁੱਤਰਾਂ ਦੀ ਜ਼ਿੰਦਗੀ ਪੜਸਾ, ਮੈਂ ਕੋਈ ਫਰਿਸ਼ਤੇਦਾਰ ਮੇਰਾ ਕਾਫੀ ਹੈ ਖੁਦ ਮੁਖਤਾਰੀਆਂ ਸਰਦਾਰੀਆਂ ਇਜ਼ਤਾਂ ਭਾਰੀਆਂ ਨਿਸ਼ਚਲ ਸਵਾਰੀਆਂ। ਮੈਂ ਆਖਿਆ ਮੈਂ ਜਿਵੇਂ ਇੱਕ ਮੁੱਲਾ ਇੰਜ ਦੇ ਸਰਦਾਰ ਵਸਦੇ ਪਏ, ਤੁਸੀਂ ਪੁੱਛੋ ਕਿੰਜ ਦੇ
ਮੁਕੇ ਨਾ ਵੀਰ ਦੇ ਰਹਿਦਾ ਪਿਆ ਮੁਕੇ ਨਾ ਵੀਰ ਦੇ ਕਸੀਦੇ ਦੀ ਮੇਨ ਚੀਜ਼ ਹੁੰਦੀ ਹੈ ਸੈਟਿੰਗ ਤੇ ਸੈਟਿੰਗ ਨਵੀਂ ਤੋਂ ਨਵੀਂ ਹੋਣੀ ਚਾਹੀਦੀ ਹੈ ਜਦੀਦ ਜ਼ਮਾਨਾ ਹੈ ਮੂਮਨੀਆਂ ਦੀ ਸੈਟਿੰਗ ਨਵੀਂ ਹੋਵੇ ਤੇ ਮੈਂ ਆਪ ਵੀ ਉਹ ਚਾਹੁੰਦਾ ਹੱਕਲੀ ਪਾਕਿਸਤਾਨ